ਦੇਖੋ ਜੀ ਜਿਵੇਂ ਆਪਣੇ ਹਰਸੀਮਰਤ ਕੌਰ ਬਾਦਲ ਨੇ ਜੋ ਕਿ 15 ਸਾਲਾਂ ਤੋਂ ਐਮਪੀ ਹੈਗੇ ਨੇ ਤੇ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਨੀ ਐ ਕਿ ਉਹ ਆਪਦੇ ਬੱਚਿਆਂ ਨੂੰ ਕਿਉਂ ਨਹੀਂ ਸਲਾਈ ਕਢਾਈ ਤੇ ਲਾਉਂਦੇ ਹੋਰਾਂ ਨੂੰ ਹੋਰਾਂ ਦੇ ਬੱਚਿਆਂ ਨੂੰ ਉਹਨਾਂ ਨੇ ਸਲਾਈ ਕਢਾਈ ਤੇ ਲਗਾਤਾ ਕਿ ਉਹਨਾਂ ਨੂੰ ਹੱਕ ਹੈ ਨਹੀਂ ਕਿ ਉਹ ਡਾਕਟਰ ਤੇ ਇੰਜੀਨੀਅਰ ਬਣ ਸਕਣ ਕਿੰਨੇ ਕ ਮੁੱਦੇ ਮੈਂ ਚੱਕਾਂ ਇੱਥੇ ਕਿ ਹੈਲਥ ਸਿਸਟਮ ਹੈ ਨਹੀਂ ਐਜੂਕੇਸ਼ਨ ਹੈ ਨਹੀਂ ਲੋਕ ਲੋਕ ਬੇਰੋਜ਼ਗਾਰ ਤੁਰੇ ਫਿਰਦੇ ਹੈਗੇ ਸਾਡੇ ਅਧਿਆਪਕ ਜਿਹੜੇ ਸੜਕਾਂ ਤੇ ਰੋਲਦੇ ਫਿਰਦੇ ਆ ਇਹਨਾਂ ਨੂੰ ਕੋਈ ਹੈ ਉਹਨਾਂ ਦੀ ਜ਼ਿੰਮੇਵਾਰੀ ਹੈ ਅੱਜ ਦੇ ਟਾਈਮ ਤੇ ਪਹਿਲੀ ਗੱਲ ਤਾਂ ਗਵਰਨਮੈਂਟ ਜੌਬ ਕੋਈ ਬੰਦਾ ਭੁੱਲ ਹੀ ਜਾਵੇ ਵੀ ਹੁਣ ਕਿਸੇ ਨੂੰ ਮਿਲੂਗੀ ਸਾਰਾ ਕੁਝ ਹੀ ਪ੍ਰਾਈਵੇਟ ਕਰਨ ਤੇ ਤੁਰੇ ਹੋਏ ਨੇ ਯੂਨੀਵਰਸਿਟੀਆਂ ਦਾ ਟੀਚਾ ਇਹਨਾਂ ਦਾ ਬੰਦ ਹੀ ਕਰ ਦੋ ਹੁਣ ਵੀ ਬੱਚੇ ਪੜ੍ਹ ਹੀ ਨਾ ਸਕਣ ਆਪਾਂ ਨੂੰ ਇੰਨਾ ਕ ਤਾਂ ਪਤਾ ਲੱਗ ਗਿਆ ਕਰੋਨਾ ਕਰਕੇ ਕਿ ਆਪਣਾ ਹੈਲਥ ਸਿਸਟਮ ਕਿੱਥੇ ਖੜਾ ਫੇਟਿਕ ਤਾਂ ਲੋਕਾਂ ਨੂੰ ਇਹ ਵਿਸ਼ਵਾਸ ਨਹੀਂ ਹੋਇਆ ਕਿ ਜਿਹੜੀ ਸਾਨੂੰ ਕੋਵਿਡ ਵੈਕਸੀਨ ਲੱਗ ਰਹੀ ਹੈ ਉਹ ਸਹੀ ਹੈ ਵੀ ਕਿ ਨਹੀਂ ਹੈ ਬਾਕੀ ਲੋਕ ਡਰ ਦੇ ਮਾਰੇ ਨਹੀਂ ਬੋਲਦੇ ਹੈਗੇਗੇ ਕਿ ਉਹਨਾਂ ਨੂੰ ਆਪਦੇ ਹੱਕਾਂ ਬਾਰੇ ਜੇ ਉਹ ਆਪਦੇ ਬੋਲਣ ਲੱਗ ਗਏ ਤੇ ਉਹਨਾਂ ਦੀ ਜਾਨ ਨੂੰ ਵੀ ਖਤਰਾ ਹੋ ਸਕਦਾ ਹੈਗਾ ਇਹ ਆਪਦੇ ਬੱਚਿਆਂ ਲਈ ਕਿਉਂ ਕੰਫਰਟੇਬਲ ਲਾਈਫ ਉਹਨਾਂ ਲਈ ਜ਼ਰੂਰੀ ਹੈ ਤੇ ਜਿਹੜੇ ਸਾਡੇ ਜਿਹੜੇ ਭੈਣਾਂ ਭਰਾ ਜਿਹੜੇ ਹੈਗੇ ਨੇ ਸੜਕਾਂ ਤੇ ਰੋਲਦੇ ਫਿਰਦੇ ਨੇ ਇੰਨੇ ਨੇ ਟਾਈਮ ਤੋਂ ਉਹਨਾਂ ਲਈ ਕੀ ਇਹਨਾਂ ਦੀ ਵਿਵਸਥਾ ਹੈਗੀ ਹੈਗੀ ਉਹਨਾਂ ਦਾ ਕੋਈ ਦੁੱਖ ਦਰਦ ਨਹੀਂ ਹੈਗਾਗਾ ਦੇਖੋ ਯੇ ਮੈਨ ਲੱਗਦਾ ਹੁਣ ਆ ਪਹਿਲਾਂ ਵਾਲਾ ਦੌਰ ਹੀ ਆ ਜਾਣਾ ਗੱਡਿਆਂ ਤੇ ਸਾਈਕਲਾਂ ਵਾਲਾ ਕਿ ਲੋਕਾਂ ਕੋਲੇ ਹੁਣ ਮਿਲਣਾ ਦਾ ਪੈਟਰੋਲ ਪਵਾਉਣ ਵਾਸਤੇ ਪੈਸੇ ਹੋਣੇ ਨਹੀਂ ਸਤਰੀਆ ਕਾਲ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੁਰਖਾਪ ਟੀਵੀ ਦੇਖਣ ਵਾਲੇ तमाम ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਮੈਂ ਹਾਂ ਆकांक्षा ਜੇਕਰ ਸਾਡੇ ਦੇਸ਼ ਦੀਆਂ ਔਰਤਾਂ ਦੀ ਗੱਲ ਕੀਤੀ ਜਾਵੇ ਤਾਂ ਅੱਜ ਸਾਡੇ ਦੇਸ਼ ਦੀਆਂ ਔਰਤਾਂ ਹਰ ਵਰਗ ਦੇ ਵਿੱਚ ਮੱਲਾ ਮਾਰ ਰਹੀਆਂ ਹਨ ਭਾਵੇਂ ਉਹ ਪੋਲਿਟਿਕਸ ਹੋਵੇ ਜਾਂ ਜੁਡੀਸ਼ਰੀ ਹੋਵੇ ਜਾਂ ਡਾਕਟਰੀ ਹੋਵੇ ਤੇ ਜਾਂ ਫਿਰ ਸਪੇਸ ਹੋਵੇ ਅੱਜ ਮੈਂ ਤੁਹਾਨੂੰ ਮਿਲਵਾਉਂਗੀ ਇੱਕ ਇਹ ਜੀ ਸ਼ਖਸੀਅਤ ਦੇ ਨਾਲ ਜੋ ਬਠਿੰਡਾ ਤੋਂ ਬਿਲੋਂਗ ਕਰਦੇ ਨੇ ਤੇ ਉਹਨਾਂ ਦੀ ਵਿਚਾਰਧਾਰਾ ਸੁਣ ਕੇ ਤੁਸੀਂ ਵੀ ਕਹੋਗੇ ਕਿ ਹਾਂ ਇਹ ਲੜਕੀ ਜ਼ਿੰਦਗੀ ਦੇ ਵਿੱਚ ਜ਼ਰੂਰ ਕੋਈ ਨਾ ਕੋਈ ਅੱਛਾ ਮੁਕਾਮ ਹਾਸਲ ਕਰੇਗੀ ਮੈਂ ਗੱਲ ਕਰ ਰਹੀ ਹਾਂ ਬਠਿੰਡਾ ਤੋਂ ਮਨਦੀਪ ਕੌਰ ਰਾਮਗੜੀਆ ਜੀ ਦੀ ਸਤਿ ਸ਼੍ਰੀ ਅਕਾਲ ਮੈਮ ਬਹੁਤ-ਬਹੁਤ ਸਵਾਗਤ ਸ੍ਰੀ ਕਾਲਸਾ ਫਿਵਾਹ ਕੁ ਜੀ ਕੀ ਫਤਿਹ ਤੇ ਮੇਰਾ ਨਾਮ ਮਨਦੀਪ ਕੌਰ ਤੇ ਮੈਂ ਇਥੇ ਪੋਲਿਟਿਕਸ ਦੇ ਵਿੱਚ ਐਜ਼ ਆਮ ਆਦਮੀ ਪਾਰਟੀ ਦੇ ਵਿੱਚ ਵਰਕ ਕਰ ਰਹੀ ਆਂਗੀ ਮੈਂ ਹੁਣ ਜਿਹੜੇ ਐਮਸੀ ਦੇ ਇਲੈਕਸ਼ਨਸ ਹੋਏ ਸੀਗੇ ਉਹਦੇ ਵਿੱਚ ਹਿੱਸਾ ਲਿਆ ਸੀਗਾ ਜਿਹਦੇ ਵਿੱਚ ਮੈਨੂੰ VOTING ਕਾਫੀ ਅੱਛੀ ਹੋਈ ਸੀਗੀ ਸੈਕਿੰਡ ਪੋਜੀਸ਼ਨ ਸੀਗੀ ਮੇਰੀ ਐਜ਼ ਕਾਂਗਰਸ ਇਥੋਂ ਵਿਨ ਹੋਏ ਸੀਗੇ ਜੀ 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 ਤਾਂ ਮਨਦੀਪ ਜੀ ਤੁਸੀਂ ਪੋਲਿਟਿਕਸ ਦੇ ਵਿੱਚ ਆਇਓ ਤਾਂ ਸਾਨੂੰ ਮੋਟਿਵ ਸਭ ਤੋਂ ਪਹਿਲਾਂ ਤੁਸੀਂ ਦੱਸੋ ਵੀ ਤੁਸੀਂ ਕਿਉਂ ਆਮ ਆਦਮੀ ਪਾਰਟੀ ਜੁਆਇਨ ਕੀਤੀ ਦੇਖੋ ਜੀ ਆਮ ਆਦਮੀ ਪਾਰਟੀ ਮੈਂ ਤਾਂ ਜੋਇਨ ਕੀਤੀ ਕਿਉਂਕਿ ਇੱਕ ਆਮ ਲੋਕਾਂ ਤੋਂ ਬਣੀ ਹੋਈ ਹੈ ਇਹਦੇ ਵਿੱਚ ਕੋਈ ਵਿੰਗਵਲ ਨਹੀਂ ਹੈਗਾ ਜਿਵੇਂ ਕਿ ਆਪਾਂ ਪਿਛਲੇ 100 ਸਾਲਾਂ ਤੋਂ ਹੀ ਦੇਖਦੇ ਆ ਰਹੇ ਹਾਂ ਕਿ ਇਹ ਘਰਾਣੇ ਜਿਹੜੇ ਨੇ ਮਤਲਬ ਜਿਵੇਂ ਬਾਦਲ ਪਰਿਵਾਰ ਹੋ ਗਿਆ ਜਾਂ ਕਾਂਗਰਸ ਹੋ ਗਈ ਹਨ मतलब अकाली और कांग्रेस जो मतलब ਇਹ ਹਮੇਸ਼ਾ ਗੰਦੀ ਰਾਜਨੀਤੀ ਦਾ ਹਿੱਸਾ ਰਹੇ ਨੇ ਲੋਕਾਂ ਦੇ ਜਿਹੜੇ ਭਾਵਨਾਵਾਂ ਨੇ ਉਹਨਾਂ ਨੂੰ ਠੇਸ ਪਹੁੰਚਾਈ ਹੈ ਪਰ ਸਾਡੀ ਆਮ ਆਦਮੀ ਪਾਰਟੀ ਕਦੇ ਵੀ ਧਰਮ ਦੀ ਰਾਜਨੀਤੀ ਨਹੀਂ ਕਰਦੀ ਜੋ ਹੈ ਸਿਰਫ ਲੋਕਾਂ ਲਈ ਕੰਮ ਕਰਦੀ ਹੈ ਉਹਨਾਂ ਦੇ ਹੱਕਾਂ ਲਈ ਕੰਮ ਕਰਦੀ ਹੈ ਸੋ ਇਸੇ ਕਾਰਨ ਹੈ ਕਿ ਮੈਂ ਆਮ ਆਦਮੀ ਪਾਰਟੀ ਜੋ ਜੁਆਇਨ ਕੀਤੀ ਹੈ ਤਾਂ ਜਿੱਦਾਂ ਤੁਸੀਂ ਦੱਸਿਆ ਵੀ ਤੁਸੀਂ ਐਮਸੀ ਇਲੈਕਸ਼ਨ ਵੀ ਲੜ ਚੁੱਕੇ ਹੋ ਤਾਂ ਫਸਟ ਟਾਈਮ ਤੁਸੀਂ ਇਲੈਕਸ਼ਨ ਲੜੇ ਸੀ ਇਹ ਜੀ ਇਹ ਮੇਰਾ ਫਸਟ ਐਕਸਪੀਰੀਅੰਸ ਸੀ ਮੈਂ ਫਸਟ ਟਾਈਮ ਹੀ ਐਮਸੀ ਦੇ ਇਲੈਕਸ਼ਨਸ ਕੰਟੈਂਪਟਸ ਕੀਤੇ ਨੇ ਠੀਕ ਹੈ ਤਾਂ ਉਸ ਟਾਈਮ ਕਿਸ ਤਰ੍ਹਾਂ ਦੀਆਂ ਔਕੜਾਂ ਦਾ ਸਾਹਮਣਾ ਤੁਹਾਨੂੰ ਕਰਨਾ ਪਿਆ ਔਕੜਾਂ ਦਾ ਸਾਹਮਣਾ ਘਰੋਂ ਤਾਂ ਮੈਨੂੰ ਪੂਰੀ سپورਟ ਸੀਗੀ ਮੈਨੂੰ ਕੋਈ ਐਦਾਂ ਦੀ ਪਰੇਸ਼ਾਨੀ ਨਹੀਂ ਆਈ ਹੈਗੀ ਕਿਉਂਕਿ ਘਰ ਦੇ ਜਿਹੜੇ ਸਪੋਰਟਿਵ ਹੋਣ ਮੈਨੂੰ ਲੱਗਦਾ ਕੋਈ ਆਪਾਂ ਨੂੰ ਬਾਹਰਲੇ ਬੰਦੇ ਦੀ ਇੰਨੀ ਪਰਵਾਹ ਰਹਿ ਨਹੀਂ ਜਾਂਦੀ ਕਿ ਉਹ ਆਪਾਂ ਲਈ ਕੀ ਬੋਲ ਰਿਹਾ ਪਰ ਫਿਰ ਵੀ ਕਿਤੇ ਨਾ ਕਿਤੇ ਇੱਕ ਕੱਲੀ ਕੁੜੀ ਹੋਣ ਦੇ ਨਾਤੇ ਮੇਰਾ ਕੋਈ ਭਰਾ ਭੈਣ ਨਹੀਂ ਹੈ ਮੈਂ ਘਰਦਿਆਂ ਦੀ ਕੱਲੀ-ਕੱਲੀ ਕੁੜੀ ਹਾਂ ਸੋ ਉਸ ਅਕੋਰਡਿੰਗਲੀ ਸੁਸਾਇਟੀ ਦਾ ਥੋੜ੍ਹਾ ਜਿਹਾ ਸੋਚਣਾ ਐਦਾਂ ਹੋ ਜਾਂਦਾ ਕੱਲੀ ਕੁੜੀ ਹੈ ਤੁਸੀਂ ਕਿਉਂ ਇਸ ਲਾਈਨ ਦੇ ਵਿੱਚ ਵੜ ਰਹੇ ਹੋ ਕਿ ਇਹ ਗੰਦੀ ਲਾਈਨ ਹੈ ਪਰ ਇਸ ਗੰਦਗੀ ਨੂੰ ਸਾਫ਼ ਕਰਨ ਲਈ ਵੀ ਤਾਂ ਕਿਸੇ ਨਾ ਕਿਸੇ ਨੂੰ ਅੱਗੇ ਆਉਣਾ ਚਾਹੀਦਾ ਹੈਗਾ ਜੇ ਆਪਾਂ ਹਰੇਕ ਬੰਦਾ ਇਹੀ ਸੋਚਣ ਲੱਗ ਜੇ ਕਿ ਨਹੀਂ ਮੈਂ ਵੀ ਆਪਦੇ ਘਰੇ ਬਹਿ ਜਾ ਮੈਨੂੰ ਕੰਫਰਟੇਬਲ ਲਾਈਫ ਚਾਹੀਦੀ ਹੈ ਤਾਂ ਫਿਰ ਇਹ ਸਾਫ਼ ਵੀ ਕਿਵੇਂ ਹੋਏਗਾ ਉਹ ਤਾਂ ਪਿਛਲੇ ਸਾਲਾਂ ਤੋਂ ਹੀ ਲੱਗੇ ਹੋਏ ਨੇ ਆਪਦੇ ਬੱਚੇ ਲੈ ਆਏ ਬਜ਼ੁਰਗੀ ਵੀ ਉਹਨਾਂ ਦੇ ਪੋਲਿਟਿਕਸ ਦੇ ਵਿੱਚ ਤੇ ਹੁਣ ਜਿਹੜੇ ਉਹਦੇ ਪੋਤੇ-ਪੋਤੀਆਂ ਹੋਣਗੇ ਮੇਲਾ ਉਹ ਵੀ ਪੋਲਿਟਿਕਸ ਦੇ ਵਿੱਚ ਆ ਜਾਣਗੇ ਤੇ ਆਮ ਜਨਤਾ ਦਾ ਫਿਰ ਕੰਮ ਕੌਣ ਕਰੂਗਾ ਉਹ ਆਮ ਜਨਤਾ ਹੀ ਕਰ ਸਕਦੀ ਹੈ ਸਾਡੇ ਵਰਗਿਆਂ ਨੂੰ ਹੀ ਅੱਗੇ ਆਉਣਾ ਚਾਹੀਦਾ ਹੈਗਾ ਤਾਹੀਂ ਸਾਡੇ ਕੋਈ ਹੱਲ ਹੋ ਸਕਦੇ ਨੇ ਜੀ ਬਿਲਕੁਲ ਤਾਂ ਮੈਂ ਪੁੱਛਣਾ ਚਾਹੂੰਗੀ ਕਿ ਤੁਸੀਂ ਪੋਲਿਟਿਕਸ ਦੇ ਵਿੱਚ ਆਇਓ ਤਾਂ ਕਿਹਨੇ ਤੁਹਾਨੂੰ ਮੋਟੀਵੇਟ ਕੀਤਾ ਜਾਂ ਤੁਹਾਡੇ ਪਰਿਵਾਰ ਦੇ ਵਿੱਚੋਂ ਕੋਈ ਸਿਆਸਤ ਦੇ ਨਾਲ ਸੰਬੰਧਿਤ ਨੇ ਨਹੀਂ ਐਦਾਂ ਪੂਰੀ ਤਰ੍ਹਾਂ ਤਾਂ ਕੋਈ ਸਿਆਸਤ ਨਾਲ ਸੰਬੰਧ ਸਾਡਾ ਪਰਿਵਾਰ ਨਹੀਂ ਹੈ ਐਜ਼ ਅ ਸੋਸ਼ਲ ਵਰਕਰ ਸਾਡੇ ਮੇਰੇ ਪਾਪਾ ਹਿਊਮਨ ਰਾਈਟਸ ਦੇ ਪ੍ਰਧਾਨ ਰਹੇ ਤੇ ਉਹ ਸੋਸ਼ਲ ਵਰਕ ਕਰਦੇ ਰਹਿੰਦੇ ਨੇ ਸੋ ਉਦਾਂ ਦਾ ਐਟਮੋਸਫੀਅਰ ਆਪਣੀ ਫੈਮਿਲੀ ਦੇ ਵਿੱਚ ਇੱਕ ਬਣ ਜਾਂਦਾ ਕਿ ਆਪਾਂ ਸੋਸ਼ੀਅਲੀ ਵਰਕ ਕਰਦੇ ਆ ਥੋੜਾ ਜਾਂ ਆਪਾਂ ਨੂੰ ਲੋਕਾਂ ਦੇ ਦੁੱਖ ਦਰਦ ਪਤਾ ਲੱਗਦੇ ਨੇ ਜਿਵੇਂ ਕਿ ਆਪਾਂ ਪਰਿਵਾਰ 'ਚ ਬੈੰਨੇ ਆ ਕੋਈ ਐਦਾਂ ਹੁੰਦਾ ਪਰੇਸ਼ਾਨ ਹੁੰਦਾ ਘਰੇ ਆ ਕੇ ਡਿਸਕਸ ਕਰਦੇ ਆ ਆਪਾਂ ਨੂੰ ਥੋੜਾ ਫੀਲ ਹੁੰਦਾ ਕਿ ਯਾਰ ਵੀ ਆਪਣੇ ਸੁਸਾਇਟੀ ਦੇ ਵਿੱਚ ਕੀ ਕੁਝ ਹੋ ਰਿਹਾ ਹਨਾ ਕਿੰਨਾ ਤੱਕੇਸ਼ਾਈ ਹੋ ਰਹੀ ਹੈ ਸੋ ਇੱਕ ਮਨ ਸੀਗਾ ਮੇਰਾ ਪਹਿਲਾਂ ਤੋਂ ਹੀ ਮਤਲਬ ਵੀ ਹਾਂ ਵੀ ਕੁਝ ਨਾ ਕੁਝ ਸੁਧਾਰ ਕਰਨਾ ਤਾਂ ਹੀ ਉਹ ਮੈਸ ਲਾਈਨ ਦੇ ਵਿੱਚ ਆਈਆਂ ਜੀ ਬਿਲਕੁਲ ਤਾਂ ਤੁਹਾਡਾ ਟਿਚਾ ਕੀ ਹੈ ਕੀ ਤੁਹਾਡੀ ਆਈਡੀਓਲੋਜੀ ਹੈ ਉਹ ਵੀ ਤੁਸੀਂ ਸਾਡੇ ਦਰਸ਼ਕਾਂ ਦੇ ਨਾਲ ਜ਼ਰੂਰ ਸਾਂਝੀ ਕਰੋ ਕਿ ਕੀ ਸੋਚ ਰੱਖ ਕੇ ਤੁਸੀਂ ਪੋਲਿਟਿਕਸ ਦੇ ਵਿੱਚ ਆਏ ਹੋ ਮੈਮ ਮੇਰੀ ਜਿਹੜਾ ਗੋਲ ਹੈ ਇੱਕੋ ਹੀ ਹੈ ਕਿ ਜਿਹੜੇ ਇਥੇ ਬੱਚੇ ਨੇ ਮਤਲਬ ਚਾਹੇ ਕੁੜੀ ਚਾਹੇ ਮੁੰਡਾ ਜਿਹੜੇ ਕਿ ਸਲਮ ਮਤਲਬ ਪਰਿਵਾਰਾਂ ਦੇ ਬੱਚੇ ਹੁੰਦੇ ਨੇ ਜਿਹੜੇ ਕਿ ਕੂੜਾ ਕਰਕਟ ਚੱਕਦੇ ਨੇ ਜਿਹੜੇ ਕਿ ਛੋਟੇ ਹੁੰਦਾ ਹੀ ਉਹਨਾਂ ਨੂੰ ਗਲੀਆਂ ਦੇ ਉੱਤੇ ਮਤਲਬ ਭੜਕਣਾ ਪੈਂਦਾ ਹੈਗਾ ਦਰਦ ਦਰ ਠੋਕਰਾਂ ਖਾਣੀਆਂ ਪੈਂਦੀਆਂ ਹੈ ਸੋ ਮੇਰੀ ਇਹ ਟੀਚਾ ਹੈ ਕਿ ਮੈਂ ਇੱਕ ਇਹੋ ਜੀ ਆਰਗੇਨਾਈਜੇਸ਼ਨ ਖੜੀ ਕਰਾਂ ਮੈਂ ਇਸ ਕਾਬਿਲ ਹੋਵਾਂ ਕਿ ਉਹਨਾਂ ਨੂੰ ਉੱਥੇ ਫ੍ਰੀ ਐਜੂਕੇਸ਼ਨ ਦਿੱਤੀ ਜਾਵੇ ਤਾਂ ਕਿ ਉਹ ਵੀ ਆਪਦਾ ਪੜ੍ਹ ਲਿਖ ਕੇ ਕੋਈ ਡਾਕਟਰ ਕੋਈ ਇੰਜੀਨੀਅਰ ਇਸ ਤਰ੍ਹਾਂ ਦੀ ਐਜੂਕੇਸ਼ਨ ਪ੍ਰਾਪਤ ਕਰ ਸਕੇ ਦੇਖੋ ਜੀ ਜਿਵੇਂ ਆਪਣੇ ਹਰਸੀਮਰਤ ਕੌਰ ਬਾਦਲ ਨੇ ਜੋ ਕਿ 15 ਸਾਲਾਂ ਤੋਂ ਐਮਪੀ ਹੈਗੇ ਨੇ ਤੇ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਨੀ ਐ ਕਿ ਉਹ ਆਪਦੇ ਬੱਚਿਆਂ ਨੂੰ ਕਿਉਂ ਨਹੀਂ ਸਲਾਈ ਕਢਾਈ ਤੇ ਲਾਉਂਦੇ ਹੋਰਾਂ ਨੂੰ ਹੋਰਾਂ ਦੇ ਬੱਚਿਆਂ ਨੂੰ ਉਹਨਾਂ ਨੇ ਸਲਾਈ ਕਢਾਈ ਤੇ ਲਗਾਤਾ ਕਿਉਂ ਉਹਨਾਂ ਨੂੰ ਹੱਕ ਹੈ ਨਹੀਂ ਕਿ ਉਹ ਡਾਕਟਰ ਤੇ ਇੰਜੀਨੀਅਰ ਬਣ ਸਕਣ ਬਾਕੀ ਲੋਕ ਡਰ ਦੇ ਮਾਰੇ ਨਹੀਂ ਬੋਲਦੇ ਹੈਗੇ ਕਿ ਉਹਨਾਂ ਨੂੰ ਆਪਦੇ ਹੱਕਾਂ ਬਾਰੇ ਜੇ ਉਹ ਆਪਦੇ ਬੋਲਣ ਲੱਗ ਗਏ ਤੇ ਉਹਨਾਂ ਦੀ ਜਾਨ ਨੂੰ ਵੀ ਖਤਰਾ ਹੋ ਸਕਦਾ ਹੈਗਾ ਇਹ ਚੀਜ਼ਾਂ ਬਹੁਤ ਉਹਨਾਂ ਨੂੰ ਦੁਖੀ ਕਰਦੀਆਂ ਨੇ ਬਿਲਕੁਲ ਤੇ ਜਿਸ ਤਰ੍ਹਾਂ ਦੇਖੋ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਜਿਸ ਤਰ੍ਹਾਂ ਵਧ ਗਈਆਂ ਨੇ ਇਹਨਾਂ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਇਹ ਮੈਨੂੰ ਲੱਗਦਾ ਹੁਣ ਆ ਪਹਿਲਾਂ ਵਾਲਾ ਦੌਰ ਹੀ ਆ ਜਾਣਾ ਗੱਡਿਆਂ ਤੇ ਸਾਈਕਲਾਂ ਵਾਲਾ ਕਿ ਲੋਕਾਂ ਕੋਲੇ ਹੁਣ ਮੈਨੂੰ ਲੱਗਦਾ ਪੈਟਰੋਲ ਪਵਾਉਣ ਵਾਸਤੇ ਪੈਸੇ ਹੋਣੇ ਹੀ ਨਹੀਂ ਪਵਾਉਣਾ ਤਾਂ ਕੀ ਮਤਲਬ ਹੁਣ ਮੈਨੂੰ ਲੱਗਦਾ ਪੈਦਲ ਆ ਚੱਲ ਕੇ ਜਾਣਾ ਪਿਆ ਕਰਨਾ ਲੋਕਾਂ ਨੂੰ ਕਿਉਂਕਿ ਪੈਟਰੋਲ 100 ਰੁਪਏ ਨੂੰ ਹੋ ਗਿਆ ਅੱਜ ਅੱਜ ਦੇ ਟਾਈਮ ਤੇ ਤੇ ਫਿਰ ਉਹ ਜਾਣਗੇ ਕਿਵੇਂ ਇੰਨੀ ਗਰਮੀ ਉਹਨਾਂ ਦੇ ਵਾਸਤੇ ਤਾਂ ਸਾਰਾ ਕੁਝ ਹੋਣਾ ਚਾਹੀਦਾ ਗੱਡੀਆਂ ਉਹਨਾਂ ਦੇ ਬੱਚੇ ਵੀ ਬਾਹਰ ਪੜ੍ਹੇ ਲਿਖੇ ਨੇ ਤੇ ਇੱਥੋਂ ਦੇ ਬੱਚਿਆਂ ਦਾ ਭਵਿੱਖ ਕੀ ਸੋਚਿਆ ਉਹਨਾਂ ਨੇ ਵੀ ਕੀ ਕਰਨਗੇ ਜਿਹੜੇ ਬੱਚੇ ਇੱਥੇ ਭੁੱਖੇ ਮਰਦੇ ਨੇ ਜਿਹੜੇ ਕਾਗਜ਼ ਚੁੱਕਣ ਤੇ ਸੜਕਾਂ ਤੇ ਮਜਬੂਰ ਨੇ ਜਿਹੜੇ ਕਿ ਗੱਡੀਆਂ ਦੇ ਕੋਲੇ ਆ ਕੇ ਭੀਖ ਮੰਗਦੇ ਨੇ ਉਹਨਾਂ ਦਾ ਭਵਿੱਖ ਉਹਨਾਂ ਬੱਚਿਆਂ ਦਾ ਕਿੱਥੇ ਜਾਊਗਾ ਤੁਸੀਂ ਸੋਚੋ ਉਹਨਾਂ ਨੇ ਅੱਜ ਤੱਕ ਇਹੋ ਜਿਹੇ ਬੱਚਿਆਂ ਦਾ ਭਵਿੱਖ ਵਾਸਤੇ ਕੁਝ ਕੀਤਾ ਉਹਨਾਂ ਨੂੰ ਕੋਈ ਐਜੂਕੇਸ਼ਨ ਪ੍ਰੋਵਾਈਡ ਕੀਤੀ ਕੁਛ ਵੀ ਨਹੀਂ ਕੀਤੀ इवन ਮੈਂ ਤੁਹਾਡੇ ਚੈਨਲ ਰਾਹੀਂ ਅਪੀਲ ਕਰਦੀ ਆ ਕਿ ਪਲੀਜ਼ ਉਹਨਾਂ ਬੱਚਿਆਂ ਦੀ ਹੈਲਪ ਕਰੋ ਮੇਰਾ ਆਪ ਦਾ ਗੋਲ ਇਹ ਹੈ ਕਿ ਮੈਂ ਇੱਕ ਇਹੋ ਜਿਹੀ ਆਰਗੇਨਾਈਜੇਸ਼ਨ ਖੜੀ ਕਰਾਂ ਜਿੱਥੇ ਇਹੋ ਜਿਹੇ ਬੱਚੇ ਫ੍ਰੀ ਐਜੂਕੇਸ਼ਨ ਲੈ ਸਕਣ ਤੇ ਤੁਸੀਂ ਮੈਮ ਆਮ ਆਦਮੀ ਪਾਰਟੀ ਨੂੰ ਹੀ ਕਿਉਂ ਚੂਜ਼ ਕੀਤਾ ਜਿਵੇਂ ਕਿ ਸਾਡੇ ਕੇਜਰੀਵਾਲ ਜੀ ਨੇ ਸਾਡੇ ਸੁਪਰੀਮੋ ਉਹ ਇੱਕ ਆਮ ਨਾਗਰਿਕ ਹੀ ਸੀਗੇ ਉਹਨਾਂ ਨੇ ਆਪਦੀ ਜੌਬ ਛੱਡੀ ਉਹ ਲੋਕਾਂ ਦੀ ਸੇਵਾ ਵਾਸਤੇ ਸਾਰਿਆਂ ਦੇ ਸਾਹਮਣੇ ਆਏ ਨਹੀਂ ਗਵਰਨਮੈਂਟ ਜੌਬ ਆਜ ਦੇ ਟਾਈਮ ਦੇ ਵਿੱਚ ਤੁਸੀਂ ਸੋਚੋ ਪਹਿਲੀ ਗੱਲ ਤਾਂ ਕਿਸੇ ਨੂੰ ਮਿਲਦੀ ਨਹੀਂ ਹੁਣ ਤਾਂ ਸਾਰੇ ਛੱਡ ਹੀ ਦੇਣ ਸੁਪਨਾ ਕਿ ਹੁਣ ਕਿਸੇ ਨੂੰ ਗਵਰਨਮੈਂਟ ਜੌਬ ਮਿਲੂ ਆਮ ਨਾਗਰਿਕਤਾ ਨਹੀਂ ਸੀ ਤਾਂ ਬਿਊਰੋਕਰੇਟ ਸੀ ਆਈਆਰਐਸ ਸੀ ਮੋਹੀ ਚੀਜ਼ ਗੈਰੀ ਹੈ ਨਾ ਕਿ ਉਹ ਆਪਦੀ ਜੌਬ ਛੱਡ ਕੇ ਲੋਕਾਂ ਦੀ ਸੇਵਾ ਲਈ ਆਏ ਨਾ ਤੇ ਜੇ ਹੁਣ ਅੱਜ ਦੇ ਟਾਈਮ ਤੇ ਪਹਿਲੀ ਗੱਲ ਤਾਂ ਗਵਰਨਮੈਂਟ ਜੌਬ ਕੋਈ ਬੰਦਾ ਭੁੱਲ ਹੀ ਜਾਵੇ ਵੀ ਹੁਣ ਕਿਸੇ ਨੂੰ ਮਿਲੂਗੀ ਸਾਰਾ ਕੁਝ ਹੀ ਪ੍ਰਾਈਵੇਟ ਕਰਨ ਤੇ ਤੁਰੇ ਹੋਏ ਨੇ ਯੂਨੀਵਰਸਿਟੀਆਂ ਦਾ ਟੀਚਰ ਇਹਨਾਂ ਦਾ ਬੰਦ ਹੀ ਕਰ ਦੋ ਹੁਣ ਵੀ ਬੱਚੇ ਪੜ ਹੀ ਨਾ ਸਕਣ ਸਾਰਾ ਕੁਝ ਪ੍ਰਾਈਵੇਟ ਹਨ ਤੇ ਆਮ ਆਦਮੀ ਪਾਰਟੀ ਜੋ ਹੈ ਸਾਡੇ ਵਰਗੇ ਲੋਕ ਮੈਂ ਕਦੇ ਸੋਚ ਸਕਦੀ ਸੀਗੀ ਵੀ ਮੈਂ ਕਦੇ ਅਕਾਲੀਆਂ ਦੇ ਰਾਤ ਦੇ ਵਿੱਚ ਜਾ ਕੇ ਕਦੇ ਪੋਲਿਟਿਕਸ ਕਰੂੰ ਜਾਂ ਕਾਂਗਰਸ ਦੇ ਵਿੱਚ ਜਾ ਕੇ ਪੋਲਿਟਿਕਸ ਕਰੂੰ ਸਾਡਾ ਤਾਂ ਸੀ ਸਿੰਪਲ ਫੈਮਿਲੀ ਨੂੰ ਬਿਲੋਂਗ ਕਰਦੇ ਆ ਸਾਡਾ ਕੋਈ ਪੋਲਿਟਿਕਸ ਨਾਲ ਲੈਣਾ ਦੇਣਾ ਨਹੀਂ ਸੀਗਾ ਪਰ ਫੇਰ ਵੀ ਅਸੀਂ ਇੱਥੇ ਆਏ ਪੋਲਿਟਿਕਸ ਦੇ ਵਿੱਚ ਕਿਉਂ ਆਏ ਕਿਉਂਕਿ ਇੱਕ ਆਮ ਆਦਮੀ ਪਾਰਟੀ ਨੇ ਸਾਨੂੰ ਪਲੇਟਫਾਰਮ ਦਿੱਤਾ ਆਪਦੇ ਹੱਕ ਤੇ ਆਪਦੇ ਜੋ ਵੀ ਰੱਖਣ ਦਾ ਗੋਲਸ ਰੱਖਣ ਦਾ ਕਿ ਤੁਸੀਂ ਵੀ ਕੁਝ ਕਰ ਸਕਦੇ ਹੋਗੇ ਬਿਲਕੁਲ ਤੇ ਤੁਹਾਡੀ ਅਰਵਿੰਦ ਕੇਜਰੀਵਾਲ ਜੀ ਨਾਲ ਕੋਈ ਮੀਟਿੰਗ ਹੋਈ ਨਹੀਂ ਸਰ ਮੈਮ ਹਜੇ ਮੈਨੂੰ ਉਹਨਾਂ ਨਾਲ ਮਿਲਣ ਦਾ ਮੌਕਾ ਨਹੀਂ ਮਿਲਿਆ ਪਰ ਬਹੁਤ ਜਲਦੀ ਮੈਂ ਉਹਨਾਂ ਨੂੰ ਮਿਲੂੰਗੀ ਦਾ ਜਿੱਦਾਂ ਆਪਣੇ ਇੱਥੇ ਐਮ ਐਲ ਏਜ਼ ਨੇ ਤਲਵੰਡੀ ਸਾਬੋਤੋਂ ਜਾਂ ਬਠਿੰਡਾ ਦਿਹਾਤੀ ਤੋਂ ਮੈਡਮ ਰੂਬੀ ਨੇ ਜੀ ਪ੍ਰੋਫੈਸਰ ਬਲਜਿੰਦਰ ਕੌਰ ਜੀ ਤਲਵੰਡੀ ਸਾਬੋਤੋਂ ਉਹਨਾਂ ਦੇ ਨਾਲ ਕੋਈ ਮਿਲ ਕੇ ਤੁਹਾਡੀ ਕੋਈ ਪਲੈਨਿੰਗ ਫਿਊਚਰ ਦੇ ਲਈ ਨਹੀਂ ਮੈਮ ਹਜੇ ਕੋਈ ਇਦਾਂ ਦੀ ਪਲੈਨਿੰਗ ਨਹੀਂ ਆ ਮਤਲਬ ਮਿਲੀ ਮੈਂ ਉਹਨਾਂ ਨੂੰ ਹੋਈਆਂ ਮਤਲਬ ਐਜ਼ ਅ ਪਾਰਟੀ ਮੈਂ ਐਜ਼ ਵਲੰਟੀਅਰੀ ਕੰਮ ਕਰ ਰਹੀਆਂ ਹਜੇ ਮੈਨੂੰ ਕੋਈ ਐਦਾਂ ਦਾ ਨਹੀਂ ਹੈ ਕਿ ਮੈਨੂੰ ਕੋਈ ਅਹੁਦਾ ਮਿਲੇਗਾ ਜਾਂ ਕੁਝ ਹੋਰ ਮੈਂ ਸਿਰਫ ਸਮਾਜ ਨੂੰ ਬਦਲਣ ਦੇ ਲਈ ਜਿਹੜਾ ਉਹਨਾਂ ਦਾ ਸਿਸਟਮ ਬਦਲਣ ਦੇ ਲਈ ਇਸ ਲਾਈਨ ਦੇ ਵਿੱਚ ਆਈ ਹਾਂ ਕਿਉਂਕਿ ਮੈਂ ਆਪ ਇੱਕ ਆਮ ਨਾਗਰਿਕ ਕਹਾਂਗੀ ਮੈਂ ਉਹਨਾਂ ਦਾ ਦੁੱਖ ਸਮਝ ਸਕਦੀ ਹਾਂ ਕਿਉਂਕਿ ਅਸੀਂ ਉਹਨਾਂ ਦੇ ਵਿੱਚ ਵਿਚਰਦੇ ਹਾਂਗੇ ਸਾਨੂੰ ਉਹਨਾਂ ਦੀਆਂ ਪ੍ਰੋਬਲਮਸ ਪਤਾ ਹੈਗੀਆਂ ਤਾਂ ਤਾਂ ਕਰਕੇ ਫਿਰ ਮੈਂ ਐਜ਼ ਅ ਵਲੰਟੀਅਰੀ ਕੰਮ ਕਰ ਰਹੀ ਹਾਂ ਜਿਵੇਂ ਜੀ ਦੇਖੋ ਹੁਣ ਕੋਰੋਨਾ ਕਾਲ ਚੱਲ ਰਿਹਾ ਹੈ ਪਿਛਲੇ 1 ਸਾਲ ਤੋਂ ਹਨ ਲਗਾਤਾਰ ਆਪਾਂ ਨੂੰ ਇੰਨਾਕ ਤਾਂ ਪਤਾ ਲੱਗ ਗਿਆ ਕਰੋਨਾ ਕਰਕੇ ਕਿ ਆਪਣਾ ਹੈਲਥ ਸਿਸਟਮ ਕਿੱਥੇ ਖੜਾ ਅਜੇ ਤੱਕ ਤਾਂ ਲੋਕਾਂ ਨੂੰ ਇਹ ਵਿਸ਼ਵਾਸ ਨਹੀਂ ਹੋਇਆ ਕਿ ਜਿਹੜੀ ਸਾਨੂੰ ਕੋਵਿਡ ਵੈਕਸੀਨ ਲੱਗ ਰਹੀ ਹੈ ਉਹ ਸਹੀ ਹੈ ਵੀ ਕਿ ਨਹੀਂ ਹੈ ਇਹ ਹਾਲ ਯਕੀਨੀ ਨਹੀਂ ਦਵਾ ਸਕੇ ਹਜੇ ਤੱਕ ਲੋਕ ਡਰ ਰਹੇ ਨੇ ਵੈਕਸੀਨ ਲਵਾਈਏ ਕਿ ਨਾ ਲਵਾਈਏ ਇਹਨਾਂ ਨੇ ਡਰ ਇੱਕ ੜਕ ਪੈਦਾ ਕਰਤਾ ਸਾਡੇ ਸਿਵਲ ਹਸਪੀਟਲ ਦੇ ਵਿੱਚ ਕੋਈ ਵੀ ਹੈ ਨਹੀਂਗਾ ਡਾਕਟਰ ਰਿਜ਼ਾਈਨ ਕਰ ਰਹੇ ਨੇ ਕੋਈ ਫੈਸਿਲਿਟੀ ਨਹੀਂ ਹੈਗੀਗੀ ਉੱਥੇ ਜੇ ਮਰੀਜ਼ ਪਏ ਨੇ ਇੱਕ ਸਾਡੇ ਆਪ ਦੇ ਹੋਇਆ ਕਿ ਡੈੱਡ ਬੋਡੀ ਸੀਗੀ ਜਿਉਂਦੇ ਲੋਕਾਂ ਦੇ ਮੂਰੇ ਉਹਨਾਂ ਨੇ ਘੱਟੋ ਘੱਟ 5 ਘੰਟੇ ਉਹਨਾਂ ਨੂੰ ਡੈੱਡ ਬੋਡੀ ਨੂੰ ਉੱਥੇ ਹੀ ਰੱਖੀ ਰੱਖਿਆ ਵੀ ਤੁਸੀਂ ਇੰਨਾ ਕੁ ਤਾਂ ਕਰ ਸਕਦੇ ਹੋਗੇ ਕਿ ਉਸ ਡੈੱਡ ਬੋਡੀ ਨੂੰ ਜਿਹੜੇ ਜਿਉਂਦੇ ਪੇਸ਼ੈਂਟ ਨੇ ਉਹਨਾਂ ਦਾ ਮੋਰਲ ਤਾਂ ਨਾ ਡਾਊਨ ਕਰੋ ਤੁਸੀਂ ਵੀ ਉਹਨੂੰ ਤੁਸੀਂ ਚਾ ਕੇ ਰੱਖੋ ਕਿਤੇ ਵੀ ਤੁਹਾਡੇ ਕੋਲੇ ਹੋਣਗੇ ਉੱਤੇ ਵਿਵਸਥਾ ਹੋਣੀ ਚਾਹੀਦੀ ਹੈ ਨਾ ਇਹ ਰੱਖਣ ਵਾਸਤੇ ਸੋ ਇੰਨਾ ਕਿ ਸਾਡਾ ਮਾੜਾ ਹਾਲ ਹੈ ਹਰੇਕ ਚੀਜ਼ ਨੂੰ ਲੈ ਕੇ ਤੁਹਾਨੂੰ ਕਿੰਨੇ ਕ ਮੁੱਦੇ ਮੈਂ ਚੱਕਾਂ ਇੱਥੇ ਕਿ ਹੈਲਥ ਸਿਸਟਮ ਹੈ ਨਹੀਂ ਐਜੂਕੇਸ਼ਨ ਹੈ ਨਹੀਂ ਲੋਕ ਲੋਕ ਬੇਰੋਜ਼ਗਾਰ ਤੁਰੇ ਫਿਰਦੇ ਹੈਗੇ ਸਾਡੇ ਅਧਿਆਪਕ ਜਿਹੜੇ ਸੜਕਾਂ ਤੇ ਰੋਲਦੇ ਫਿਰਦੇ ਆ ਇਹਨਾਂ ਨੂੰ ਕੋਈ ਹੈ ਉਹਨਾਂ ਦੀ ਜ਼ਿੰਮੇਵਾਰੀ ਹੈ ਇੱਕ ਸਾਡੇ ਲੇਡੀ ਨੇ ਉਹਨਾਂ ਨੇ ਸਲਫਾਸ ਪੀ ਲਈ ਲੋਕ ਟੈਂਕੀਆਂ ਤੇ ਚੜੇ ਹੋਏ ਨੇ ਚਾਲਾ ਮਾਰ ਨੂੰ ਤਿਆਰ ਬੈਠੇ ਨੇ ਤੇ ਇਹ ਆਪਦੇ ਬੱਚਿਆਂ ਲਈ ਕਿਉਂ ਕੰਫਰਟੇਬਲ ਲਾਈਫ ਉਹਨਾਂ ਲਈ ਜ਼ਰੂਰੀ ਹੈ ਤੇ ਜਿਹੜੇ ਸਾਡੇ ਜਿਹੜੇ ਭੈਣਾਂ ਭਰਾ ਜਿਹੜੇ ਹੈਗੇ ਨੇ ਸੜਕਾਂ ਤੇ ਰੋਲਦੇ ਫਿਰਦੇ ਨੇ ਇੰਨੇ ਨੇ ਟਾਈਮ ਤੋਂ ਉਹਨਾਂ ਲਈ ਕੀ ਇਹਨਾਂ ਦੀ ਵਿਵਸਥਾ ਹੈਗੀ ਹੈਗੀ ਉਹਨਾਂ ਦਾ ਕੋਈ ਦੁੱਖ ਦਰਦ ਨਹੀਂ ਹੈਗਾਗਾ ਸੋ ਇਹਨਾਂ ਚੀਜ਼ਾਂ ਕਰਕੇ ਸਾਡੇ ਜਿਹੜਾ ਹੈ ਆਮ ਲੋਕਾਂ ਨੂੰ ਸਮਾਂ ਦੀ ਅੱਗੇ ਆਉਣਾ ਚਾਹੀਦਾ ਹੁਣ ਜਿਵੇਂ ਲੋਕ ਸੜਕਾਂ ਤੇ ਤੁਰੇ ਫਿਰਦੇ ਹੈਗੇ ਠੀਕ ਹੈ ਇਹ ਮੈਨੂੰ ਲੱਗਦਾ ਸਰਕਾਰ ਬਣਨ ਤੋਂ ਪਹਿਲਾਂ ਹੀ ਇਹਨਾਂ ਨੂੰ ਇਹ ਚੀਜ਼ਾਂ ਕਹਿਣੀਆਂ ਚਾਹੀਦੀਆਂ ਸੀਗੀਆਂ ਇਵਨ ਸਾਡੇ ਲੋਕ ਵੀ ਮੈਂ ਕਹਿੰਨੀ ਇਸ ਚੀਜ਼ ਦੇ ਵਿੱਚ ਬਰਾਬਰ ਦੇ ਦੋਸ਼ੀ ਹੁੰਦੇ ਹੈਗੇ ਕਿ ਆਪਾਂ ਪਹਿਲਾਂ ਬੋਲਦੇ ਨਹੀਂ ਹੈਗੇ ਜਦੋਂ ਸਰਕਾਰ ਬਦਲਣ ਵਾਲੀ ਹੁੰਦੀ ਹੈ ਉਦੋਂ ਆਪਾਂ ਬੋਲਣ ਲੱਗ ਜਾਂਦੇ ਆ ਪਹਿਲਾਂ ਇਹਨਾਂ ਇਹਨਾਂ ਲੋਕਾਂ ਨੂੰ ਵੋਟਾਂ ਹੀ ਕਿਉਂ ਪਾਉਨੇ ਆ ਆਪਾਂ ਆਪਣੇ ਲਈ ਆਪਾਂ ਸਰਕਾਰ ਚੁਣਨੀ ਹੈ ਆਪਣੇ ਜੋ ਹੱਕਾਂ ਲਈ ਆਪ ਖੜੇ ਹੋ ਜੋ ਫਿਰ ਜੇ ਉਹ ਆਪਣੇ ਹੱਕਾਂ ਲਈ ਨਹੀਂ ਲੜ ਸਕਦੇ ਹੈਗੇ ਸੋ ਇਹਨਾਂ ਸਰਕਾਰਾਂ ਨੂੰ ਚੁਣਨ ਦਾ ਕੋਈ ਫਾਇਦਾ ਨਹੀਂ ਹੈਗਾ ਆਉਣ ਵਾਲੇ ਟਾਈਮ ਦੇ ਵਿੱਚ ਹੁਣ ਵੋਟਾਂ ਦਾ ਟਾਈਮ ਅੱਗੇ ਹੈ ਇਹੋ ਜੀ ਸਰਕਾਰ ਚੁਣੋ ਕਿ ਜਿਹੜੇ ਆਪਣੇ ਹੱਕਾਂ ਲਈ ਲੜੇ ਨਾ ਕਿ ਆਪਦੇ ਹੱਕਾਂ ਲਈ ਲੜੀ ਜਾਣ ਆਪਦੇ ਘਰ ਭਰੀ ਜਾਣ ਸਿਰਫ ਆਪਦੇ ਬੱਚਿਆਂ ਦਾ ਹੀ ਫਿਊਚਰ ਬਣਾਈ ਜਾ। ਤਾਂ ਜਿਹੜੀਆਂ ਆਉਣ ਵਾਲੀਆਂ ਇਲੈਕਸ਼ਨਾਂ ਨੇ ਫਿਰ ਤੁਸੀਂ ਐਮਐਲਏ ਦੀ ਇਲੈਕਸ਼ਨ ਕਰੋਗੇ ਕੋਟੈਸਟ? ਹਾਂ ਜੀ ਇਸ ਬਾਰੇ ਕੁਝ ਨਹੀਂ ਪਤਾਗਾ। ਹਜੇ ਮੈਂ ਬਹੁਤ ਕੁਝ ਸਿੱਖਣਾ ਹੈਗਾ। ਬਾਕੀ ਪਾਰਟੀ ਕਮਾਂਡ ਜੋ ਵੀ ਫੈਸਲਾ ਲਾਊਗੀ ਉਸ ਅਕੋਰਡਿੰਗਲੀ ਅਸੀਂ ਵਰਕ ਕਰੀ ਜਾਵਾਂਗੇ। ਹਜੇ ਤਾਂ ਮੈਂ ਐਜ਼ ਅ ਵਲੰਟੀਅਰ ਹੀ ਕੰਮ ਕਰ ਰਹੀ। ਪਰ ਜੇ ਤੁਹਾਨੂੰ ਮੰਨ ਲਓ ਮੌਕਾ ਮਿਲੇ ਤਾਂ ਤੁਸੀਂ ਇੰਟਰਸਟਿਡ ਹੋਵੋਗੇ? ਬਿਲਕੁਲ ਜੇ ਮੌਕਾ ਦੇਣਗੇ ਪਾਰਟੀ ਕੋਈ ਵੀ ਜ਼ਿੰਮੇਵਾਰੀ ਦਊਗੀ ਮੈਂ ਉਹਦੇ ਲਈ ਤਿਆਰ ਹਮੇਸ਼ਾ ਪਾਰਟੀ ਦੇ ਨਾਲ ਜੀ ਥੈਂਕ ਯੂ ਸੋ ਮਚ ਬਹੁਤ ਬਹੁਤ ਸ਼ੁਕਰੀਆ ਸੋ 에ਸਨ ਮਨਦੀਪ ਕੌਰ ਰਾਮਗੜੀਆ ਜੀ ਬਠਿੰਡਾ ਤੋਂ ਜੋ ਬਹੁਤ ਹੀ ਅੱਛੀ ਆਈਡਿਓਲੋਜੀ ਦੇ ਨਾਲ ਆਮ ਆਦਮੀ ਪਾਰਟੀ ਦੇ ਵਿੱਚ ਕੰਮ ਕਰ ਰਹੇ ਨੇ ਤੇ ਵਿਚਾਰ ਸਾਂਝੇ ਕਰ ਰਹੇ ਨੇ ਸੁਰਖਾਪ ਟੀਵੀ ਦੇ ਦਰਸ਼ਕਾਂ ਦੇ ਨਾਲ ਬਠਿੰਡਾ ਤੋਂ ਸੁਰਖਾਪ ਟੀਵੀ ਦੇ ਲਈ ਆकांਕਸ਼ਾ ਸਖਸ ਹੈਨਾ